ਕੋਟਪੁਰਾ ਬਠਿੰਡਾ ਮਾਰਗ ਤੇ ਸਥਿਤ ਪਿੰਡ ਲਲਿਆਣਾ ਦੀ ਬਸਤੀ ਰਾਮਨਗਰ ਦੇ ਵਪਾਰੀਆਂ ਵੱਲੋਂ ਸ਼ਰਾਬ ਦਾ ਠੇਕਾ ਖੋਲਿਆ ਗਿਆ ਸੀ, ਪਰ ਬਸਤੀ ਦੇ ਨਿਵਾਸੀਆਂ ਵੱਲੋਂ ਇਤਰਾਜ਼ ਉਠਾਉਣ ਤੇ ਵੀ ਦੁਕਾਨ ਮਾਲਿਕ ਅਤੇ ਠੇਕੇ ਕਰਿੰਦਿਆਂ ਨੇ ਇਤਰਾਜ਼ ਅਣਸੁਣਾ ਕਰ ਦਿੱਤਾ। ਇਸ ਤੇ ਬਸਤੀ ਨਿਵਾਸੀਆਂ ਵੱਲੋਂ ਰੋਸ ਕਰਦੇ ਹੋਏ ਜਸਪਾਲ ਸਿੰਘ ਐਮਸੀ ਦੀ ਅਗਵਾਈ ਹੇਠ ਚੱਕਾ ਜਾਮ ਕਰ ਦਿੱਤਾ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ, ਅਸੀਂ ਠੇਕਾ ਬੰਦ ਕਰਾਉਣਾ ਚਾਹੁੰਦੇ ਸੀ ਇੱਥੇ, ਫਿਰ ਵੀ ਸਾਡੇ ਕਹਿਣ ਦੇ ਬਾਵਜੂਦ ਵੀ ਠੇਕਾ ਖੁੱਲ੍ਹ ਰਿਹਾ ਇੱਥੇ, ਅਸੀਂ ਠੇਕਾ ਨਹੀਂ ਖੁੱਲ੍ਹਣ ਦੇਣਾ ਇੱਥੇ, ਬੰਦ ਕਰਨਾ ਜੀ। ਅਸੀਂ ਗਰੀਬ ਮਹੱਲਾ, ਸਾਡਾ ਇੱਥੇ ਇਹੋ ਜਿਹੇ ਕੰਮ ਹੁੰਦੇ ਆ ਵੀ ਜਿਹੜੇ ਨਹੀਂ ਕਰਨੇ ਉਹ ਜ਼ਰੂਰੀ ਹੁੰਦੇ ਆ ਇੱਥੇ। ਠੇਕਾ ਅਸੀਂ ਬਿਲਕੁਲ ਨਹੀਂ ਖੁੱਲ੍ਹਣ ਦੇਣਾ, ਅਸੀਂ ਭਾਵੇਂ ਮਰਨਾ ਪੈ ਜਾਵੇ ਸਾਨੂੰ, ਸੂਏ ਦਾ ਪਾਣੀ ਅਸੀਂ ਭਰ ਜਾਂਦੇ, ਠੇਕਾ ਨਹੀਂ ਅਸੀਂ ਖੁੱਲ੍ਹਣ ਦੇਣਾ, ਇੱਥੇ ਬੈਠੇ ਰਹਿਣਾ ਜਦ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ। ਕੁਛ ਨਹੀਂ, ਇਨਕੀ ਕੋਈ ਸ਼ਿਕਾਇਤ ਹੈ? ਮੈਨੇ ਕਿਹਾ ਸ਼ਿਕਾਇਤ ਆ ਪਹਿਲੇ ਥਾਣੇ ਲੈ ਕੇ ਆਓ, ਜੋ ਬਣਤੀ ਕਾਨੂੰਨੀ ਕਾਰਵਾਈ ਹੈ ਉਹ ਕਰ ਦੇਂਗੇ, ਕਿਉਂਕਿ ਠੇਕੇ ਕੋ ਲੈ ਕੇ ਕੋਈ ਝਗੜਾ ਹੈ ਕਿ ਜਾਂ ਠੇਕਾ ਔਥਰਾਈਜ਼ ਨਹੀਂ ਔਰ ਖੋਲ ਰੱਖਾ ਹੈ। ਮੈਨੇ ਕਿਹਾ ਪਹਿਲੇ ਕੰਪਲੇਂਟ ਦੋ, ਤਭੀ ਤੋ ਕੋਈ ਕਾਰਵਾਈ ਕੀ ਜਾਏਗੀ। ਇਨਕੀ ਕੋਈ ਕੰਪਲੇਂਟ ਮੇਰੇ ਪਾਸ ਆਈ ਨਹੀਂ ਹੈ, ਤਾਂ ਮੈਨੇ ਸਮਝਾ ਦਿਆ ਇਨਕੋ ਔਰ ਇਨਕੋ ਥਾਣੇ ਬੁਲਾਇਆ ਕਿ ਆਪਣੀ ਕੰਪਲੇਂਟ ਦੋ, ਕੰਪਲੇਂਟ ਸੇ ਜੋ ਕਾਨੂੰਨ ਕਾਰਵਾਈ ਬਣੇਗੀ ਉਸ ਪਰ ਐਕਸ਼ਨ ਲਿਆ ਜਾਏਗਾ। ਕੋਟਪੁਰਾ ਤੋਂ ਤਰਸੇਮ ਚੋਪੜਾ ਦੀ ਰਿਪੋਰਟ, ਚੈਨਲ 2।